ਪੁਲਿਸ ਦੇ ਵੱਲੋਂ ਇੱਕ ਮੁਲਜ਼ਮ ਨੂੰ ਏਅਰਪੋਰਟ ਤੋਂ ਕਾਬੂ ਕੀਤਾ ਗਿਆ। ਦਰਅਸਲ ਦਸੰਬਰ ਦੇ ਵਿੱਚ ਤਰਨ ਤਾਰਨ ਦੇ ਵਿੱਚ ਕਤਲ ਕੀਤਾ ਗਿਆ ਸੀ, ਜਿਸ ਦੇ ਕਾਤਲ ਨੂੰ ਏਅਰਪੋਰਟ ਤੋਂ ਕਾਬੂ ਕੀਤਾ ਗਿਆ ਹੈ। ਮਨਪ੍ਰੀਤ ਮੰਨਾ ਇਸ ਦਾ ਨਾਮ ਹੈ ਤੇ ਜਾਲੀ ਪਾਸਪੋਰਟ ਤੇ ਡੁਬਈ ਫਰਾਰ ਹੋਣ ਲੱਗਿਆ ਸੀ, ਪਰ ਪੁਲਿਸ ਦੇ ਵੱਲੋਂ ਪਹਿਲਾਂ ਹੀ LOC ਜਾਰੀ ਕੀਤੀ ਹੋਈ ਸੀ ਤੇ ਜਦੋਂ ਏਅਰਪੋਰਟ ਤੇ ਪਹੁੰਚਦਾ ਹੈ ਤਾਂ ਉੱਥੇ ਇਸ ਨੂੰ ਕਾਬੂ ਕਰ ਲਿਆ ਜਾਂਦਾ ਹੈ। ਤਾਂ ਇਸ ਦੇ ਨਾਲ ਹੀ ਜਿਸ ਸ਼ਖਸ ਦੇ ਵੱਲੋਂ ਜਾਲੀ ਪਾਸਪੋਰਟ ਬਣਾਇਆ ਗਿਆ ਸੀ ਉਸ ਨੂੰ ਵੀ ਕਾਬੂ ਕਰ ਲਿਆ ਗਿਆ ਹੈ। ਪੁਲਿਸ ਸੇਵਾ ਕੇਂਦਰ 'ਚ ਕੰਮ ਕਰਦਾ ਸੀ ਜਸਮੀਤ ਸਿੰਘ, ਜਿਸ ਨੂੰ ਕਾਬੂ ਕੀਤਾ ਗਿਆ ਤੇ ਉਹ ਪਹਿਲਾਂ ਵੀ ਕਈ ਮੁਲਜ਼ਮਾਂ ਦੱਸਿਆ ਜਾ ਰਿਹਾ ਹੈ ਕਿ ਜਾਲੀ ਪਾਸਪੋਰਟ ਬਣਾ ਕੇ ਦਿੰਦਾ ਸੀ, ਕਾਗਜ਼ਾਤ ਤਿਆਰ ਕਰਦਾ ਸੀ। ਦੂਜੇ ਪਾਸੇ ਤਰਨ ਤਾਰਨ ਦੇ ਪਿੰਡ ਖਵਾਸਪੁਰ ਦੇ ਵਿੱਚ 23 ਦਸੰਬਰ ਨੂੰ ਬਲਵਿੰਦਰ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ ਅਤੇ ਬਲਵਿੰਦਰ ਸਿੰਘ ਨੂੰ ਕਤਲ ਕਰਨ ਦੇ ਮਾਮਲੇ ਦੇ ਵਿੱਚ ਮਨਪ੍ਰੀਤ ਮੰਨਾ ਤੇ ਕਤਲ ਦਾ ਕੇਸ ਦਰਜ ਕੀਤਾ ਗਿਆ ਸੀ, ਪਰ ਮਨਪ੍ਰੀਤ ਮੰਨਾ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਸੀ ਤੇ ਜਾਲੀ ਪਾਸਪੋਰਟ ਤੇ ਹੁਣ ਵਿਦੇਸ਼ ਭੱਜਣ ਦੀ ਫਿਰਾਕ ਸੀ। ਏਅਰਪੋਰਟ ਤੋਂ ਹੀ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਨਾਲ ਹੀ ਕਾਤਲ ਨੂੰ ਜਾਲੀ ਪਾਸਪੋਰਟ ਬਣਾਉਣ ਵਿੱਚ ਮਦਦ ਕਰਨ ਵਾਲੇ ਵਿਅਕਤੀ ਨੂੰ ਵੀ ਕਾਬੂ ਕਰ ਲਿਆ ਗਿਆ ਹੈ। ਪੁਲਿਸ ਮੁਲਾਜ਼ਮ ਦੱਸਿਆ ਜਾ ਰਿਹਾ ਹੈ ਜੋ ਜਾਲੀ ਪਾਸਪੋਰਟ ਬਣਾ ਕੇ ਦਿੰਦਾ ਸੀ ਤੇ ਜਸਮੀਤ ਸਿੰਘ ਵਜੋਂ ਉਸਦੀ ਪਹਿਚਾਣ ਹੋਈ ਹੈ। ਅੰਮ੍ਰਿਤਸਰ ਦੇ ਪੁਲਿਸ ਸੇਵਾ ਕੇਂਦਰ ਦੇ ਵਿੱਚ ਤੈਨਾਤ ਸੀ ਜਸਮੀਤ ਸਿੰਘ, ਜਿਸ ਨੂੰ ਹੁਣ ਕਾਬੂ ਕਰ ਲਿਆ ਗਿਆ ਤੇ ਉਸ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। FIR ਨੰਬਰ 546 ਦਰਜ ਰਜਿਸਟਰ ਹੋਈ ਸੀਗੀ 23 ਦਸੰਬਰ ਨੂੰ ਪੁਲਿਸ ਸਟੇਸ਼ਨ ਗੋਇੰਦਵਾਲ ਦੇ ਵਿੱਚ। ਉਹਦੇ ਵਿੱਚ ਇੱਕ ਅੰਡਰ ਸੈਕਸ਼ਨ 302 IPC ਉਹਦੇ ਵਿੱਚ ਇੱਕ ਮਰਡਰ ਹੋ ਗਿਆ ਸੀਗਾ ਔਰ ਉਹਦੇ ਉਸ ਮੁਕੱਦਮੇ ਦੇ ਵਿੱਚ ਜਿਹੜੇ ਨਾਮਜ਼ਦ ਦੋਸ਼ੀ ਸੀਗੇ ਮਨਪ੍ਰੀਤ ਸਿੰਘ ਏਲੀਅਸ ਮੰਨਾ ਤੇ ਉਹਦੇ ਨਾਲ ਹੋਰ ਕੋ ਐਕਿਊਜ਼ਡ ਦੇ ਅਗੇਂਸਟ ਮੁਕੱਦਮਾ ਦਰਜ ਹੋਇਆ ਸੀ ਔਰ ਉਹ ਜਿਹੜਾ ਮੁਲਜ਼ਮ ਸੀਗਾ ਜੀ ਉਹਦੀ LOC ਇਸ਼ੂਡ ਸੀਗੀ ਔਰ ਜਦੋਂ ਉਹ ਦੁਬਈ ਨੂੰ ਫਲਾਈ ਕਰਨ ਲੱਗਿਆ ਦਿੱਲੀ ਏਅਰਪੋਰਟ 'ਤੇ ਤਾਂ ਉਹਨੂੰ ਔਨ ਦਾ ਬੇਸਿਸ ਆਫ ਦੈਟ LOC ਜਿਹੜਾ ਸੀ ਉਹ ਉਸ ਮੁਕੱਦਮੇ 'ਚ ਅਰੈਸਟ ਕਰ ਲਿਆ ਸੀਗਾ। ਅਤੇ ਪਰਸੋਂ ਸਾਡੇ SI ਜਸਪਾਲ ਸਿੰਘ ਦੇ ਨਾਲ ਪੁਲਿਸ ਪਾਰਟੀ ਬਾਗੜੀਆਂ ਮੋੜ 'ਤੇ ਮੌਜੂਦ ਸੀ ਅਤੇ ਇਹਨਾਂ ਨੂੰ ਇੱਕ ਸੀਕ੍ਰੇਟ ਇਨਫੋਰਮੇਸ਼ਨ ਆਈ ਕਿ ਇੱਕ ਗਿਰੋਹ ਬਣਿਆ ਹੋਇਆ ਜਿਹੜੇ ਕਿ ਅੰਮ੍ਰਿਤਸਰ ਤਰਨ ਤਾਰਨ ਦੇ ਵਿੱਚ ਐਂਟੀ ਸੋਸ਼ਲ ਐਲੀਮੈਂਟਸ ਦੇ ਜਾਲੀ ਕਾਗਜ਼ ਤਿਆਰ ਕਰਕੇ ਅਤੇ ਉਹਨਾਂ ਦੇ ਪਾਸਪੋਰਟ ਤਿਆਰ ਕਰ ਦਿੰਦੇ ਆ ਔਰ ਉਹਨਾਂ ਨੂੰ ਪੁਲਿਸ ਦੀ ਗ੍ਰਿਫਤ ਤੋਂ ਭਜਾਉਣ ਵਾਸਤੇ ਉਹਨਾਂ ਨੂੰ ਬਾਹਰ ਭਜਾ ਦਿੰਦੇ ਆ। ਔਨ ਦਾ ਬੇਸਿਸ ਆਫ ਦੈਟ ਸੀਕ੍ਰੇਟ ਇਨਫੋਰਮੇਸ਼ਨ ਇਹਨਾਂ ਨੇ ਮੁਕੱਦਮਾ ਦਰਜ ਕੀਤਾ ਔਰ ਉਹ ਮੁਕੱਦਮਾ ਦਰਜ ਕਰਕੇ ਅਤੇ ਉਸ ਮੁਕੱਦਮੇ ਦੇ ਵਿੱਚ ਅਸੀਂ ਇੱਕ ਹੈੱਡ ਕੋਂਸਟੇਬਲ ਜਸਮੀਤ ਸਿੰਘ ਅਰੈਸਟ ਕੀਤਾ ਜਿਹੜਾ ਕਿ ਸਦਰ ਕੰਟੋਨਮੈਂਟ ਸਾਂਝ ਕੇਂਦਰ ਦੇ ਵਿੱਚ ਐਜ਼ ਆ PBO ਪੋਸਟਡ ਹੈਗਾ। ਅਤੇ ਹੁਣ ਡਿਊਰਿੰਗ ਇੰਟੈਰੋਗੇਸ਼ਨ ਇਹੀ ਰਿਵੀਲ ਹੋਇਆ ਕਿ ਉਸ ਵਿਅਕਤੀ ਨੇ ਮਨਪ੍ਰੀਤ ਸਿੰਘ ਦਾ ਜਿਹੜਾ ਪਾਸਪੋਰਟ ਹੈ ਉਹ ਅੰਮ੍ਰਿਤਸਰ ਦੇ ਵਿੱਚ ਜਾਲੀ ਵੈਰੀਫਿਕੇਸ਼ਨ ਕੀਤੀ ਸੀਗੀ, ਉਹ ਅਸੀਂ ਸਾਰਾ ਰਿਕਾਰਡ ਜਿਹੜਾ ਖੰਗਾਲ ਰਹੇ। ਦੇਖੋ ਇਹ ਮੈਟਰ ਆਫ ਇਨਵੈਸਟੀਗੇਸ਼ਨ ਆ, ਉਹ ਅਸੀਂ ਕਰ ਰਹੇ ਹਾਂ ਜੀ ਵੀ ਇਹਦੇ ਵਿੱਚ ਪੈਸਿਆਂ ਦਾ ਲੈਣ ਦੇਣ ਹੋਇਆ ਜਾਂ ਨਹੀਂ ਹੋਇਆ, ਜੇ ਹੋਇਆ ਤਾਂ ਕਿੰਨਾ ਹੋਇਆ। ਮਨਪ੍ਰੀਤ ਦੇ ਅਗੇਂਸਟ ਆਲਰੇਡੀ ਇੱਕ 307 IPC ਦਾ ਕੇਸ ਆਲਰੇਡੀ ਰਜਿਸਟਰ ਹੈਗਾ ਜੀ ਪੁਲਿਸ ਸਟੇਸ਼ਨ ਗੋਇੰਦਵਾਲ ਦੇ ਵਿੱਚ। ਉਹ ਅਜੇ ਇਨਵੈਸਟੀਗੇਸ਼ਨ ਜਿਹੜੀ ਗੋਇੰਦਵਾਲ ਪੁਲਿਸ ਸਟੇਸ਼ਨ ਕਰ ਰਿਹਾ ਜੀ, ਜਿਹੜਾ 2/24 ਥਾਣੇ ਸਦਰ 'ਚ ਰਜਿਸਟਰ ਕੀਤਾ ਜੀ ਉਹਦੀ ਇਨਵੈਸਟੀਗੇਸ਼ਨ ਮੈਂ ਕਰ ਰਿਹਾ। ਹਾਂਜੀ ਉਹ ਅਸੀਂ ਵੈਰੀਫਿਕੇਸ਼ਨ ਕਰ ਰਹੇ ਹਾਂ ਜੀ, ਉਹ ਅੰਡਰ ਪੁਲਿਸ ਰਿਮਾਂਡ ਹੈਗਾ ਤੇ ਉਹਦੀ ਅਜੇ ਕੁਐਸਚਨਿੰਗ ਚੱਲ ਰਹੀ ਹੈ।